ਪ੍ਰਸਾਦ ਵੀ ਜਗੀਰਕੋਰ ਕਹਿੰਦੇ ਆ ਕਿ ਸਖਰੀ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਆਇਤ ਦੇ ਮਸਲੇ ਤੇ ਚੁੱਪੀ ਰਹਿਣ ਤਾਂ ਹੀ ਠੀਕ ਹੈ। ਪਹਿਲਾ ਮਸਲਾ ਉਹਨਾਂ ਨੇ ਠਾਇਆ ਵੀ ਤੁਸੀਂ ਦੁੰਨੇ ਮੀਆਂ ਬੀਬੀ 12ਵਰੀ ਕੇਂਦਰ ਚ ਵਜીર ਰਹੇ ਹੋ। ਮੰਤਰੀ ਮੰਡਲ ਦੇ ਵਿੱਚ ਬੈੰਦੇ ਸੀ। ਉਦੋਂ ਤੁਹਾਨੂੰ ਬੰਦੀ ਸਿੰਘ ਕਿਉਂ ਨਾ ਜਿਆਦਾ? ਇੱਥੇ ਬਾਪੂ ਸੂਰਤ ਸਿੰਘ ਹੋਰਾਂ ਨੇ ਬੜੇ ਲੰਬੇ ਸਮੇਂ ਤੋਂ ਸੰਘਰਸ਼ ਸ਼ੁਰੂ ਕੀਤਾ ਵਾ ਬੰਦੀ ਸਿੰਘਾਂ ਦਾ। ਉਦੋਂ ਤੁਸੀਂ ਪੰਜਾਬ ਦੀ ਸਰਕਾਰ ਵਿੱਚ ਭਾਈਵਾਲ ਸੀ। ਤੇ ਸੁਖਵੀਰ ਸਿੰਘ ਜੀ ਤੁਹਾਡੀ ਧਰਮ ਪਤਨੀ ਕੇਂਦਰ ਸਰਕਾਰ ਦੀ ਭਾਈਵਾਲ ਕੀ ਲੱਗਦਾ ਕਿ ਜਿਹੜਾ ਬਜਟ ਸੀ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਿਲੀ ਏ ਜੀ ਕੁਝ ਕਨਹੀਂ ਦੇਖਰ ਵਿੱਚ ਵਿੱਚ ਬਹੁਤ ਫਲਾਵਟ ਆਉਂਦੀ ਹੈ ਪਰ ਜਦੋਂ ਇਹਦੀ ਕੋਖ ਕਰਦੇ ਨੇ ਬਾਹਰ ਉਹਦੋਂ ਬੜਾ ਕੁਝ ਹੋਰੇ ਨਿਕਲਿਆ ਆਉਂਦਾ ਬੀਬੀ ਨਿਰਮਲਾ ਸੀਤਾ ਰਮਨ ਸੇਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਤਾਂ ਹਾਕਮ ਧਰ ਨੇ ਬੜੇ ਟੇਬਲ ਥਪਥਪਾਈ ਕਿ ਪਤਾ ਨਹੀਂ ਕਿਹੜਾ ਵੱਡਾ ਮਾਰਕਾ ਕੱਢ ਮਾਰਿਆ ਹੈ ਵਿੱਤ ਮੰਤਰੀ ਸਹਿਬਾ ਰਾਸ਼ਟਰਪਤੀ ਦਾ ਹੋਵੇ ਰਾਜਪਾਲਾਂ ਦਾ ਭਾਸ਼ਣ ਹੋਵੇ ਜੋ ਸਰਕਾਰਾਂ ਲਿਖ ਕੇ ਦੇ ਦਿੰਦੀਆਂ ਨੇ ਉਹਨਾਂ ਨੇ ਤਾਂ ਸਿਰਫ ਉਥੇ ਪੜ ਕੇ ਆਪਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਉਹ ਹੀ ਪੂਰੀ ਕਰਨੀ ਹੁੰਦੀ ਹੈ 48000 ਕਰੋੜ ਤੋਂ ਵਧਾ ਕੇ 79000 ਕਰੋੜ ਕਰ ਦਿੱਤਾ ਹੈ ਰੇਲ ਬਜਟ ਜਿਹੜਾ 1.4 ਲੱਖ ਕਰੋੜ ਸੀ ਉਹਨੂੰ ਵਧਾ ਕੇ 2.4 ਲੱਖ ਕਰੋੜ ਪਾਵੇ 1 ਲੱਖ ਕਰੋੜ ਦਾ ਵਾਧਾ ਕਰ ਦਿੱਤਾ। ਡਿਊਟਰ ਸਾਹਿਬ ਕੀ ਲੱਗਦਾ ਹੈ ਕਿ ਜਿਹੜੇ ਪੰਜਾਬ ਨੂੰ ਬਜਟ ਦੇ ਵਿੱਚ ਝੜਕਾ ਦਿੱਤਾ ਗਿਆ ਕਿ ਕਿਸਾਨੀ ਅੰਦੋਲਨ ਦੇ ਕਰਕੇ ਪੰਜਾਬ ਦੇ ਨਾਲ ਇਹ ਵਿਤਕਰ ਕੀਤਾ ਜਾ ਰਿਹਾ ਹੈ ਸਰਕਾਰ ਦੇ। ਕਿ ਕਿਸਾਨ ਇਸ ਦੇ ਢੇਰ ਜਿਹੜਾ ਢਿੱਡ ਪਾਲਣ ਵਾਲਾ ਹੈ। 6865 ਦੇ ਵਿੱਚ ਜਦੋਂ ਇਹ ਠੁੱਠਾ ਫੜ ਕੇ ਬਾਹਰ ਮੰਗਣ ਜਾਂਦੇ ਸੀ। ਹੂੰ ਬਿਲਕੁਲ ਸਾਡੇ ਬਹਾਦਰ ਕਿਸਾਨ ਨੇ ਇਨਾਂ ਨੂੰ ਕੱਲਾ ਆਤਮ ਨਿਰਪਰੀ ਨਹੀਂ ਬਣਾਇਆ ਸਗੋ ਅਸੀਂ ਅਨਾਜ ਦੂਜੇ ਦੇਸ਼ਾਂ ਨੂੰ ਦੇਣ ਜੋਗੇ ਵੀ ਹੋ ਗਏ ਕਾਂਗਰਸ ਦੇ ਵੱਲੋਂ ਮਹਾਰਾਣੀ ਪ੍ਰਨੀਤ ਕੋਰ ਦੇ ਉੱਤੇ ਵੀ ਐਕਸ਼ਨ ਕੀਤਾ ਗਿਆ ਕੀ ਲੱਗਦਾ ਕਿ ਪ੍ਰਨੀਤ ਕੋਰ ਹੁਣ ਭਾਜਪਾ ਵੱਲ ਜਾਣਗੇ ਸਾਰਾ ਟਰੰਪਰ ਤਾਂ ਪਹਿਲਾਂ ਚਲੇ ਆ ਗਿਆ ਪਰ ਉਹ ਤਾਂ ਹਾਲੇ ਵੀ ਕਾਂਗਰਸ ਦੇ ਵਿੱਚ ਉਹ ਤਾਂ ਇਸ ਕਰਕੇ ਸੀ ਕਿ ਕਿ ਜਿਹੜੀ ਲੋਕ ਸਭਾ ਦੀ ਮੈਂਬਰੀ ਹੈ ਉਹ ਨਾ ਖਤਮ ਹੋ ਜਾਵੇ ਸਭ ਤੋਂ ਪਹਿਲਾਂ ਜੇ ਇਸ ਵਾਰ ਦੀ ਮੈਂਬਰੀ ਹੱਕ 'ਚ ਰਹਿੰਦੀ ਹੈ ਤਾਂ ਉਹਨਾਂ ਦੀ ਪੈਨਸ਼ਨ ਦੇ ਵਿੱਚ ਫਿਰ ਚੋਖਾ ਵਾਧਾ ਹੁੰਦਾ ਹੈ। ਹਮ ਸਭੀ ਹਫਤੇ ਅਡਾਨੀ ਦੀ ਬੜੀ ਚਰਚਾ ਰਹੀ ਜੀ। ਭਾਵੇਂ ਸਦਨ ਦੀ ਗੱਲ ਕਰ ਲਈਏ ਜਾਂ ਫਿਰ ਅਖਬਾਰਾਂ ਸੁਰਖੀਆਂ ਦੀ ਗੱਲ ਕਰ ਲਈਏ। ਪ੍ਰਧਾਨ ਮੰਤਰੀ ਸਾਹਿਬ ਨੂੰ ਚੁੱਪ ਤੋੜ ਕੇ ਦੱਸਣਾ ਚਾਹੀਦਾ ਹੈ। ਜਿਹੜੇ ਦੂਜਿਆਂ ਦੇ ਤੰਜ ਕੱਸਦੇ ਸੀ ਅੱਜ ਜਦੋਂ ਆਪਣੇ ਤੇ ਤੰਜ ਕਸੇ ਜਾ ਰਿਹਾ ਇਥੋਂ ਤੱਕ ਕਿ ਆਰਾਮਦੇਵ ਦੀ ਕੰਪਨੀ ਤੋਂ ਵੀ ਸਵਾਲ ਉੱਠ ਰਹੇ ਨੇ। ਹੂੰ। ਪਤੰਜਲੀ ਤੇ ਜੀ। ਕਿ ਜਿਹੜਾ ਪੰਜ ਚਾਰ ਪਰਿਵਾਰਾਂ ਨੂੰ ਹੀ ਸ਼ਕਾਉਣ ਛਕਣ ਵਾਸਤੇ ਰੱਖ ਲਿਆ ਤੇ ਜਦੋਂ ਦੂਜਿਆਂ ਤੇ ਤੰਜ ਕੱਸਦੇ ਐ ਫਿਰ ਹੱਸੋ ਹੀ ਨਹੀਂ ਲੱਗਦੀ ਐ ਤਕਰੀਬਨ 70000 ਜਿਹੜੇ ਮੁਰਦੇ ਸੀ ਕਹਿੰਦੇ ਰਾਸ਼ਨ ਖਾ ਕੇ ਜੀ ਕਹਿੰਦੇ ਜਿਉਂਦੇ ਹੋ ਗਏ ਹੂੰ ਸ਼ਾਮ ਨੂੰ ਉਹਨਾਂ ਨੂੰ ਉੱਥੇ ਸੇਵਿਆਂ ਦੇ ਵਿੱਚ ਰਾਸ਼ਨ ਫੜਾਇਆ ਹੁੰਦੇ ਸੀ ਜੀ ਉੱਠ ਘਰ ਮਾਰ ਕੇ ਫਿਰ ਆਰਾਮ ਕਰ ਜਾਂਦੇ ਸੀ ਬਿਲਕੁਲ ਜੇ ਇਸ ਵਾਰ ਕਾਰਵਾਈ ਹੋ ਜਾਵੇ ਤਾਂ ਨਾ ਕੋਈ ਰਾਸੀ ਆਗੂ ਅੱਗੇ ਨੂੰ ਜਾਲੀ ਬਨਵਾਏਗਾ ਤੇ ਨਾਕੂਈ ਅਧਿਕਾਰੀ ਇਹਨਾਂ ਨੂੰ ਪਾਸ ਕਰਨ ਦੀ ਯਰਤ ਕਰੇ ਪ੍ਰਿੰਸੀਪਲਾਂ ਨੂੰ ਵਿਦੇਸ਼ ਦੇ ਵਿੱਚ ਭੇਜਿਆ ਗਿਆ ਜੀ ਕਿ ਲੱਗਦਾ ਟ੍ਰੇਨਿੰਗ ਲੈ ਕੇ ਆਉਣਗੇ ਉੱਥੋਂ ਜੀ ਵਿਤਰੇ ਸਾਡਾ ਜਿਹੜਾ ਆਪਣਾ ਸਿਸਟਮ ਹੈ ਅਸੀਂ ਉਹ ਸਿਸਟਮ ਦੇ ਵਿੱਚ ਸੁਧਾਰ ਕਰੀਏ ਐਡੀ ਦੂਰ ਜਾਣ ਦੀ ਲੋੜ ਨਹੀਂ ਬਹੁਤ ਸਾਰੇ ਮੌਜੂਦਾ ਤੇ ਸੇਵਾਮੁਖਤ ਪ੍ਰਿੰਸੀਪਲ ਤੇ ਹਡਮਾਸਟਰ ਜੀ ਉਹ ਲੋਕ ਬੈਠੇ ਨੇ ਜਿਹੜੇ ਲੋਕ ਬਹੁਤ ਤਜਰਬੇ ਦੇ ਉਹਨਾਂ ਦੇ ਕੋਲ ਨੇ ਪਹਿਲਾਂ ਇੱਥੇ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਲਾਇਆ ਗਿਆ ਸੀ ਪੰਜਾਬ ਨੂੰ ਪੰਜਾਬ ਦਾ ਮਾਡਲ ਰਹਿੰਦਿਓ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਮਨਦੀਪ ਸਿੰਘ ਵੱਲੋਂ ਪਰ ਲੈ ਕੇ ਹਾਜ਼ਰਾਂ ਖਬਰ ਤੋੜ ਇਹ ਪ੍ਰੋਗਰਾਮ ਹਫਤਾਵਾਰੀ ਪ੍ਰੋਗਰਾਮ ਹੈ ਜੋ ਪਿਛਲੇ ਹਫਤੇ ਦੇ ਵਿੱਚ ਵੱਡੀਆਂ ਤੇ ਪ੍ਰਮੁੱਖ ਖਬਰਾਂ ਰਹੀਆਂ ਹੋਣ ਉਹਨਾਂ ਦੇ ਉੱਤੇ ਅਸੀਂ ਚਰਚਾ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਨੇ ਸਾਡੇ D5 ਚੈਨਲ ਪੰਜਾਬੀ ਦੇ ਸੀਨੀਅਰ ਐਡੀਟਰ ਜਸਵੰਤ ਸਿੰਘ ਢਿੱਲੋਂ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਢਿੱਲੋਂ ਸਾਹਿਬ ਬਹੁਤ ਸਵਾਗਤ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੇਕਰ ਗੱਲ ਕਰੀਏ ਪਿਛਲੇ ਹਫਤੇ ਦੀ ਤਾਂ ਸਭ ਤੋਂ ਅਹਿਮ ਜੋ ਬਜਟ ਪੇਸ਼ ਕੀਤਾ ਗਿਆ ਜ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਿਲੀ ਏ ਜੀ ਕੁਝ ਕਨੇ ਦੇਖੋ ਜਿਹੜਾ ਇਹ ਬਜਟ ਹੁੰਦਾ ਮੈਂ ਅਕਸਰ ਇਸ ਤੇ ਕੋਈ ਗੱਲ ਕਹਿਣਾ ਹੁੰਦਾ ਕਿ ਇਹ ਜਿਹੜਾ ਅੰਕੜਿਆਂ ਦੀ ਜਾਦੂਗਰੀ ਹੁੰਦੀ ਹੈ ਜੀ ਦੇਖਰ ਵਿੱਚ ਵਿੱਚ ਬਹੁਤ ਫਲਾਵਟ ਆਉਂਦੀ ਹੈ ਪਰ ਜਦੋਂ ਇਹਦੀ ਕੋਕ ਕਰਦੇ ਨੇ ਬਾਹਰ ਉਦੋਂ ਬੜਾ ਕੁਝ ਹੋਰ ਹੀ ਨਿਕਲਿਆ ਆਉਂਦਾ ਹੈ ਅੱਜ ਜਦੋਂ ਇਹ ਬਜਟ 1 ਫਰਵਰੀ ਨੂੰ ਬੀਬੀ ਨਿਰਮਲਾ ਸਿਤਾ ਰਮਨ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਤਾਂ ਹਾਕਮ ਧਰ ਨੇ ਬੜੇ ਟੇਬਲ ਥਪਥਪਾਏ ਕਿ ਪਤਾ ਨਹੀਂ ਕਿਹੜਾ ਵੱਡਾ ਮਾਰਕਾ ਕੱਢ ਮਾਰਿਆ ਹੈ ਵਿੱਤ ਮੰਤਰੀ ਸਹਿਬਾ ਨੇ ਉਹਨਾਂ ਦੇ ਥੋੜੀ ਦੇਰ ਬਾਅਦ ਉਹਨਾਂ ਤੋਂ ਪਹਿਲਾਂ ਸਾਡੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਹਿਲੀ ਵਾਰ ਉਹਨਾਂ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੋਹਾਂ ਸਦਨਾਂ ਨੂੰ ਸੰਬੋਧਨ ਕੀਤਾ ਮਨਦੀਪ ਜੀ ਇਹ ਜਿਹੜਾ ਰਾਸ਼ਟਰਪਤੀ ਦਾ ਹੋਵੇ ਰਾਜਪਾਲਾ ਦਾ ਭਾਸ਼ਣ ਹੋਵੇ ਜੋ ਸਰਕਾਰਾਂ ਲਿਖ ਕੇ ਦੇ ਦਿੰਦੀਆਂ ਨੇ ਉਹਨਾਂ ਨੇ ਤਾਂ ਸਿਰਫ ਉੱਥੇ ਪੜ ਕੇ ਆਪ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਆ ਉਹ ਹੀ ਪੂਰੀ ਕਰਨੀ ਹੁੰਦੀ ਹੈ ਆਮ ਤੌਰ ਤੇ ਲਿਖਿਆ ਹੁੰਦਾ ਹੈ ਕਿ ਮੇਰੀ ਸਰਕਾਰ ਨੇ ਆ ਕੀਤਾ ਮੇਰੀ ਸਰਕਾਰ ਨੇ ਉਹ ਕੀਤਾ ਮੇਰੀ ਸਰਕਾਰ ਨੇ ਐਨਾ ਚਾਰ ਚੰਨ ਲਾਤਾ ਮੇਰੀ ਸਰਕਾਰ ਨੇ ਫਲਾਨਾ ਕਰਤਾ ਔਰ ਉਹ ਰਸਮੀ ਤੌਰ ਦੇ ਉੱਤੇ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ ਨਰਮਲਾ ਸੀਤਾਰਮਨ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਨ੍ਹਾਂ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਇੱਕ ਜਿਹੜੀ ਰਾਹਤ ਦਿੱਤੀ ਗਈ ਆਮ ਟੈਕਸ ਭਰਨ ਵਾਲੇ ਵਿਅਕਤੀ ਨੂੰ ਉਹ ਟੈਕਸ ਦੀ ਹੱਦ ਜਿਹੜੀ 5 ਲੱਖ ਤੱਕ ਕੋਈ ਕਿਸੇ ਕਿਸਮ ਦਾ ਉਹਦੇ ਤੇ ਕੋਈ ਵੀ ਟੈਕਸ ਨਹੀਂ ਉਹ ਹੱਦ ਵਧਾ ਕੇ 7 ਲੱਖ ਕਰਤੀ ਹੈ ਪਾਵਨ ਅੰਦਾਜਨ ਜੀ ਦਾ 60 ਕਹ ਹਜ਼ਾਰ ਤਨਖਾਹ ਆ ਔਰ ਟੈਕਸ ਨਹੀਂ ਦੇਣਾ ਪਵੇਗਾ ਲਗਭਗ 157 ਕਹਿੰਦੇ ਅਸੀਂ ਨਰਸਿੰਗ ਸਕੂਲ ਖੋਲਣੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਬਜਟ 48 ਹਜ਼ਾਰ ਕਰੋੜ ਤੋਂ ਵਧਾ ਕੇ 79 ਹਜ਼ਾਰ ਕਰੋੜ ਕਰ ਦਿੱਤਾ ਹੈ ਰੇਲ ਬਜਟ ਜਿਹੜਾ 1.4 ਲੱਖ ਕਰੋੜ ਸੀ ਉਹਨੂੰ ਵਧਾ ਕੇ 2.4 ਲੱਖ ਕਰੋੜ ਪਾਵੇ 1 ਲੱਖ ਕਰੋੜ ਦਾ ਵਾਧਾ ਕਰ ਦਿੱਤਾ ਹੈ ਇਹੋ ਕਾਰਨ ਹੈ ਕਿ ਪੰਜਾਬ ਦੇ 30 ਰੇਲਵੇ ਸਟੇਸ਼ਨ ਉਹਨਾਂ ਨੂੰ ਵਾਧਾ ਕੀਤਾ ਜਾ ਰਿਹਾ ਵਧੀਆ ਉਹਨਾਂ ਦਾ ਦਰਜਾਬੰਦੀ ਵਧਾਈ ਜਾ ਰਹੀ ਹੈ ਕਿਹਾ ਗਿਆ ਕਿ ਜਦੋਂ ਯੂਪੀਏ ਸਰਕਾਰ ਸੀ ਤਾਂ ਔਸਤਨ ਸਭਾ ਦੋ ਲੋ 225 ਕਰਾਉਡ ਦਾ ਬਜਟ ਪੰਜਾਬ ਦੇ ਹਿੱਸੇ ਆਉਂਦਾ ਸੀ ਇਸ ਬਾਰੇ ਵੱਧ ਕੇ 4762 ਕਰੋੜ ਕੱਲੇ ਪੰਜਾਬ ਵਾਸਤੇ ਹੋ ਗਿਆ ਤੇ 30 ਰੇਲਵੇ ਸਟੇਸ਼ਨ ਉਹਨਾਂ ਦੀ ਪਦੌਨਤੀ ਕਰਨੀ ਹੈ ਉਹਨਾਂ ਦੀ ਦਰਜਾਬੰਦੀ ਵਧਾਉਣੀ ਹੈ ਇਸੇ ਤਰ੍ਹਾਂ ਕਹਿੰਦੇ ਕਿ ਜਿਹੜਾ ਕਿਸਾਨਾਂ ਨੂੰ 1 ਕਰੋੜ ਕੁਦਰਤੀ ਖੇਤੀ ਅਪਰੌਨ ਦਾ ਟੀਚਾ ਰੱਖ ਲਿਆ ਪੰਜ ਜੀ ਲਈ 100 ਤੋਂ ਵੱਧ ਪ੍ਰਯੋਗ ਸ਼ੌਬਲਾਵਾ ਇਸੇ ਤਰ੍ਹਾਂ ਪੁਰਾਣੇ ਵਹੀਕਲਾਂ ਨੂੰ ਕਹਿੰਦੇ ਤਬਦੀਲ ਕਰਕੇ ਨਵੇਂ ਵਹੀਕਲ ਲਿਆਉਣੇ ਨੇ ਇਹਦੇ ਲਈ ਛੋਟ ਦਿੱਤੀਆਂ ਗਈਆਂ ਨੇ ਜਿਹੜਾ ਬੰਦਾ ਪੁਰਾਣੀ ਵਹੀਕਲ ਨੂੰ ਖਤਮ ਕਰੇਗਾ ਔਰ ਨਵਾਂ ਵਹੀਕਲ ਲੈ ਕੇ ਆਏਗਾ ਉਹਦੇ ਲਈ ਇਹ ਕਾਫੀ ਫਾਇਦੇ ਵਾਲਾ ਹੋਵੇਗਾ 7 ਤਲਾਖ ਤੋਂ ਬਾਅਦ ਜਿਹੜਾ 3 ਲੱਖ ਤੱਕ ਉੱਥੇ 5% ਹੈ ਉਸ ਤੋਂ ਬਾਅਦ 10 15 20 ਤੇ ਫਿਰ 30% ਹੈ ਸਿਨੀਅਰ ਸਟੇਜਰਾਂ ਨੂੰ ਉਹ ਆਪਣੇ ਬਚਤ ਖਾਤੇ ਵਿੱਚ ਜਿਹੜਾ 15 ਲੱਖ ਰੁਪਇਆ ਰੱਖ ਸਕਦੇ ਸੀ ਆਉਣ ਵਾਲੇ ਵਿੱਤੀ ਬਰੇ ਤੋਂ ਇਹ ਇਹ ਹੱਦ ਵੱਧ ਕੇ 30 ਲੱਖ ਕਰ ਦਿੱਤੀ ਗਈ ਹੈ ਦੂਜੇ ਪਾਸੇ ਪੰਜਾਬ ਦੇ ਸਰਕਾਰ ਉਹ ਕਹਿੰਦੇ ਅਸੀਂ ਦੋ ਪ੍ਰਮੁੱਖ ਮੰਗਾਂ ਮੰਗੀਆਂ ਸੀ ਇੱਕ ਤਾਂ ਪਰਾਲੀ ਦੇ ਪ੍ਰਬੰਧਨ ਲਈ ਲਗਭਗ 1100 ਕਰੋੜ ਦੂਜਾ ਸਰਹੱਦੀ ਜ਼ਿਲ੍ਹਿਆਂ ਦੇ ਥਾਣਿਆਂ ਦੀ ਪੁਲਿਸ ਪ੍ਰਣਾਲੀ ਦੀ ਅਪਗ੍ਰੇਡੇਸ਼ਨ ਲਈ ਅਸੀਂ ਸਪੈਸ਼ਲ ਗ੍ਰਾਂਟ ਮੰਗੀ ਸੀ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਨੇ ਇਸ ਬਜਟ ਨੂੰ ਕਿਸਾਨ ਵਿਰੋਧੀ ਦੱਸਿਆ ਹੈ। ਇਹਦੇ ਵਿੱਚ ਕਿਸਾਨਾਂ ਲਈ ਕੱਖ ਵੀ ਨਹੀਂ। ਉਲਟਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਨੇ ਕਿ ਇਹਨਾਂ ਨੇ ਤਾਂ ਡਬਲ ਕਰਤਾ ਖਰਚਾ ਕਿਹਾ ਸੀ ਆਮਦਨ ਦਬਨ ਕਰਨ ਨੂੰ ਪਰ ਇਹਨਾਂ ਨੇ ਖਰਚੇ ਹੀ ਡਬਲ ਵਧਾ ਦਿੱਤਾ ਹੈਗਾ। ਇਸ ਕਰਕੇ ਇਸ ਬਜਟ ਦੇ ਵਿੱਚ ਕਈ ਵਿਅਕਤੀ ਰਾਹਤ ਮਹਿਸੂਸ ਕਰਦੇ ਐ ਤੇ ਕਈ ਇਹ ਕਹਿੰਦੇ ਆ ਕਿ ਇਹਦੇ ਵਿੱਚ ਕੱਖ ਨਹੀਂ ਕੱਢਣ ਪਾਉਣ ਨੂੰ ਸਿਰਫ ਅੰਕੜਿਆਂ ਦੀ ਜਾਦੂਗਰੀ ਐ ਉਹਦੇ ਨਾਲ ਲੋਕਾਂ ਦੇ ਦਿਲ ਬਹਲਾਏ ਜਾ ਰਹੇ ਐ ਸਿੱਖਿਆ ਦਾ ਬਜਟ ਨਹੀਂ ਵਧਾਇਆ ਸਿਹਤ ਵਾਲੇ ਬਜਟ ਦੇ ਵਿੱਚ ਕੋਈ ਖਾਸ ਜਾਪਾ ਨਹੀਂ ਕੀਤਾ ਇਸ ਕਰਕੇ ਜਿਹੜੀਆਂ ਬਨਿਆਦਾ ਹੀ ਢਾਂਚੇ ਨੇ ਲੋਕਾਂ ਦੇ ਉਹਨਾਂ ਦੇ ਨਾਲ ਕੋਈ ਖਾਸ ਗੱਲਬਾਤ ਨਹੀਂ ਕੀਤੀ ਜੀ ਜੀ ਟਿਰੋ ਸਰ ਕੀ ਲੱਗਦਾ ਹੈ ਕਿ ਜਿਹੜੇ ਪੰਜਾਬ ਨੂੰ ਬਜਟ ਦੇ ਵਿੱਚ ਝੜਕਾ ਦਿੱਤਾ ਗਿਆ ਕਿ ਕਿਸਾਨੀ ਅੰਦੋਲਨ ਦੇ ਕਰਕੇ ਪੰਜਾਬ ਦੇ ਨਾਲ ਇਹ ਵਿਤਕਰ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਦੇਖੋ ਕਿਸਾਨੀ ਅੰਦੋਲਨ ਕਰਕੇ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਸਰਕਾਰ ਦੱਸ ਸਕਦੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਇਸ ਦੇ ਢੇਰ ਜਿਹੜਾ ਢਿੱਡ ਪਾਲਣ ਵਾਲਾ ਹੈ 68 65 ਦੇ ਵਿੱਚ ਜਦੋਂ ਇਹ ਠੁੱਠਾ ਫੜ ਕੇ ਬਾਹਰ ਮੰਗਣ ਜਾਂਦੇ ਸੀ ਹੂੰ ਬਿਲਕੁਲ ਸਾਡੇ ਬਹਾਦਰ ਕਿਸਾਨ ਨੇ ਇਹਨਾਂ ਨੂੰ ਕੱਲਾ ਆਤਮ ਨਿਰਪਰੀ ਨਹੀਂ ਬਣਾਇਆ ਸਗੋਂ ਅਸੀਂ ਅਨਾਜ ਦੂਜੇ ਦੇਸ਼ਾਂ ਨੂੰ ਦੇਣਯੋਗ ਵੀ ਹੋ ਗਏ ਹਾਂ ਹੂੰ ਕਿੱਥੇ ਅਸੀਂ ਬਾਹਰੋਂ ਮੰਗਾਉਂਦੇ ਸੀ ਬਿਲਕੁਲ ਜੀ ਕਿੱਥੇ ਅਸੀਂ ਉਹਨਾਂ ਨੂੰ ਦੇਣਯੋਗ ਹੋ ਗਏ ਹਾਂ ਚਾਹੀਦਾ ਤਾਂ ਇਹ ਸੀ ਕਿ ਕਿਸਾਨਾਂ ਦੀ ਹੋਰ ਵੱਡੇ ਪੱਧਰ ਤੇ ਬਾਹ ਫੜੀ ਜਾਂਦੀ ਉਹ ਚੰਗੀ ਸੀ ਪਰ ਉਹ ਕਿਸਾਨਾਂ ਦੀ ਬਾਹ ਉਸ ਤਰੀਕੇ ਨਾਲ ਪੜੀ ਨਹੀਂ ਗਈ ਇਸ ਕਰਕੇ ਕਿਸਾਨ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੇ ਨੇ ਤੇ ਕਾਂਗਰਸ ਦੇ ਵੱਲੋਂ ਮਹਾਰਾਣੀ ਪ੍ਰਨੀਤ ਕੋਰ ਦੇ ਉੱਤੇ ਵੀ ਐਕਸ਼ਨ ਕੀਤਾ ਗਿਆ ਕੀ ਲੱਗਦਾ ਕਿ ਪ੍ਰਨੀਤ ਕੋਰ ਹੁਣ ਭਾਜਪਾ ਵੱਲ ਜਾਣਗੇ ਜੀ ਸਾਰਾ ਟਰੱਪਰ ਤਾਂ ਪਹਿਲਾਂ ਚਲੇ ਆ ਗਿਆ ਪਰ ਉਹ ਤਾਂ ਹਾਲੇ ਵੀ ਕਾਂਗਰਸ ਦੇ ਵਿੱਚ ਉਹ ਤਾਂ ਇਸ ਕਰਕੇ ਸੀ ਕਿ ਕਿ ਜਿਹੜੀ ਲੋਕ ਸਭਾ ਦੀ ਮੈਂਬਰੀ ਹੈ ਉਹ ਨਾ ਖਤਮ ਹੋ ਜਾਵੇ ਸਮੇ ਤੋਂ ਪਹਿਲਾਂ ਬਿਲਕੁਲ ਜੀ ਜੇ ਇਸ ਵਾਰ ਦੀ ਮੈਂਬਰੀ ਹੱਕ 'ਚ ਰਹਿੰਦੀ ਹੈ ਤਾਂ ਉਹਨਾਂ ਦੀ ਪੈਨਸ਼ਨ ਦੇ ਵਿੱਚ ਫਿਰ ਚੋਖਾ ਵਾਧਾ ਹੁੰਦਾ ਹੂੰ ਸੁਪਰੀਤ ਕੌਰ ਜੀ ਨੇ ਕੱਲ ਕਿਹਾ ਕਿ ਸਰਕਾਰ ਕਾਂਗਰਸ ਪਾਰਟੀ ਜਿਹੜੇ ਆ ਵੀ ਮੇਰੇ ਤੇ ਐਕਸ਼ਨ ਕਰਨਾ ਕਰ ਲਵੇ ਮੈਂ ਚਾਰ ਬਾਰ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਸੇਵਾ ਨਿਭਾਤੀ ਤੁਸੀਂ ਕੱਲੀ ਸੇਵਾ ਨਿਭਾਈ ਨਹੀਂ ਤੁਹਾਨੂੰ ਹਰ ਫੈਸਿਲਟੀਆਂ ਮਿਲਦੀਆਂ ਸੀ ਜਿਹੜੀਆਂ ਇੱਕ ਮੈਂਬਰ ਪਾਰਲੀਮੈਂਟ ਨੂੰ ਮਿਲਦੀਆਂ ਨੇ ਔਰ ਤੁਸੀਂ ਲੋਕਾਂ ਦੇ ਲਈ ਉਸ ਕਟਾਰੇ ਚ ਤੁਸੀਂ ਕਹਿ ਰਹੇ ਹੋ ਕਿ ਮੈਂ ਲੋਕ ਮੈਨੂੰ ਸੇਵਾ ਲਈ ਆ ਲੋਕਾਂ ਦੀ ਔਰ ਤੁਸੀਂ ਇੱਕ ਦੀ ਦੇਖ ਲਿਆ ਵਿਧਾਨ ਸਭਾ ਦੇ ਵਿੱਚ ਤੁਹਾਡੇ ਪਤੀ ਦਾ ਹਾਲ ਕੀ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਬਣਦਾ ਹੈ ਇਹ ਸਮਾਂ ਦੱਸੇਗਾ ਪਰ ਪ੍ਰਨਿਤ ਕੌਰ ਰੌਹਰਾ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਇਹਨਾਂ ਤੇ ਕਦਮ ਚੁੱਕਦਿਆਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦੇ। ਜੀ ਨੋ ਸਾਬ 2 ਹਫਤੇ ਅਡਾਨੀ ਦੀ ਬੜੀ ਚਰਚਾ ਰਹੀ ਜੀ। ਭਾਵੇਂ ਸਸਦਨ ਦੀ ਗੱਲ ਕਰ ਲਈਏ ਜਾਂ ਫਿਰ ਅਖਬਾਰਾਂ ਸੁਰਖੀਆਂ ਦੀ ਗੱਲ ਕਰ ਲਈਏ ਆਪਾਂ। ਕੋਈ ਸ਼ੱਕ ਨਹੀਂ ਜੀ। ਹੂੰ। ਉਹ ਅਡਾਨੀ ਜਿਹੜਾ ਆਪਣੇ ਆਪ ਨੂੰ ਦੇਸ਼ ਦਾ ਨੰਬਰ 1 ਸਮਝਦਾ ਸੀ ਹੂੰ। ਉਹ ਖਿਸਕ ਕੇ ਬਾਈਵੇਂ ਥਾਤੇ ਚਲੇ ਗਿਆ। ਬਾਈਵੇਂ ਚਲੇ ਗਿਆ ਜੀ। ਸਰਕਾਰ ਅਜੀਬ ਯੂਰੂ ਬਚਾਉਣ ਤੇ ਲੱਗੀ ਐ ਚੁੱਪ ਐ। ਜੀ। ਪ੍ਰਮੁੱਖ ਅਦਾਰੇ ਬੈਂਕ ਇਹ ਸਾਰੇ ਪ੍ਰਧਾਨ ਮੰਤਰੀ ਨੇ ਆਪਣੇ ਮਿੱਤਰਾਂ ਦੇ ਹਵਾਲੇ ਕੀਤੇ ਤੇ ਕਹਿੰਦਾ ਪ੍ਰਧਾਨ ਸੇਵਕ ਤੇ ਜਿਹੋ ਜੇ ਸੇਵਕ ਹੁੰਦੇ ਨੇ ਤਰਾਪ ਰੱਖਾ ਇਹ ਦੇਸ਼ ਦਾ ਵੀ ਰੱਖਾ ਬਿਲਕੁਲ ਜੀ ਸੋ ਮੈਂ ਮਹਿਸੂਸ ਕਰਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਚੁੱਪ ਤੋੜ ਕੇ ਦੱਸਣਾ ਚਾਹੀਦਾ ਹੈ ਜਿਹੜੇ ਦੂਜਿਆਂ ਦੇ ਤੰਜ ਕੱਸਦੇ ਸੀ ਅੱਜ ਜਦੋਂ ਆਪਣੇ ਤੇ ਤੰਜ ਕਸੇ ਜਾ ਰਿਹਾ ਇੱਥੋਂ ਤੱਕ ਕਿ ਆਰਾਮਦੇਵ ਦੀ ਕੰਪਨੀ ਤੋਂ ਵੀ ਸਵਾਲ ਉੱਠ ਰਹੇ ਨੇ ਹੂੰ ਪਤੰਜਲੀ ਤੇ ਜੀ ਇਹ ਜਿਹੜਾ ਪੰਜ ਚਾਰ ਪਰਿਵਾਰਾਂ ਨੂੰ ਹੀ ਸ਼ਿਕਾਉਣ ਛਕਣ ਵਾਸਤੇ ਰੱਖ ਲਿਆ ਤੇ ਜਦੋਂ ਦੂਜਿਆਂ ਤੇ ਤੰਜ ਕਸਦੇ ਐ ਫਿਰ ਹਸੋ ਹੀ ਨਹੀਂ ਲੱਗਦੀ ਐ ਤੇ ਮੋਦੀ ਸਾਹਿਬ ਆਪਦੀ ਚੁੱਪ ਤੋੜ ਨਹੀਂ ਰਹੇ ਉਹਨਾਂ ਨੂੰ ਚੁੱਪ ਤੋੜਨੀ ਚਾਹੀਦੀ ਜੀ ਤੁਸਾ ਵੀ ਇੱਕ ਹੋਰ ਵੱਡਾ ਖੁਲਾਸਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਤਕਰੀਬਨ 70000 ਜਿਹੜੇ ਮੁਰਦੇ ਸੀ ਕਹਿੰਦੇ ਰਾਸ਼ਨ ਖਾ ਗਏ ਜੀ ਕਹਿੰਦੇ ਹੋ ਹਾਂ ਉਹ ਜਿਉਂਦੇ ਹੋ ਗਏ ਹੂੰ ਸ਼ਾਮ ਨੂੰ ਉਹਨਾਂ ਨੂੰ ਉੱਥੇ ਸੇਵਿਆਂ ਦੇ ਵਿੱਚ ਰਾਸ਼ਨ ਫੜਾਇਆ ਹੁੰਦੇ ਸੀ ਜੀ ਉਹ ਢ ਘਾਰ ਮਾਰ ਕੇ ਫਿਰ ਆਰਾਮ ਕਰ ਜਾਂਦੇ ਸੀ ਬਿਲਕੁਲ ਜੀ ਸੋ ਇਹ ਜਿਹੜਾ ਪੜਤਾਲ ਹੋਈ ਹੈ ਇਹ ਪੜਤਾਲ ਦੇ ਵਿੱਚ ਬਹੁਤ ਸਾਰੇ ਅਯੋਗ ਵਿਅਕਤੀਆਂ ਦੇ ਰਾਸ਼ਨ ਕਾਰਡ ਸਾਹਮਣੇ ਆਏ ਐ ਇਹ ਇੱਥੇ ਛੱਡ ਨਹੀਂ ਦੇਣਾ ਚਾਹੀਦਾ ਬਿਲਕੁਲ ਜੀ ਜਿਨ੍ਹਾਂ ਜਿਨ੍ਹਾਂ ਬਣਾਏ जिने ਬਣਵਾਏ ਜਿਹਦੀਆਂ ਗਵਾਹੀਆਂ ਪਈਆਂ ਇਹਨਾਂ ਸਾਰਿਆਂ ਨੂੰ ਪਰਚਾ ਦਰਜ ਕਰਕੇ ਫਿਰ ਜੇਲ੍ਹ ਚ ਸੁਟਲਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਭਵਿੱਖ ਦੇ ਵਿੱਚ ਕੋਈ ਹੋਰ ਇਸ ਕਿਸਮ ਦਾ ਨਾ ਆਵੇ ਇਹ ਸਾਰਾ ਧਮਚੜ ਰਾਸੀ ਲੋਕਾਂ ਦੇ ਕਹਿਣ ਤੇ ਪੈਂਦਾ ਹੈ ਇਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਆਈ ਸੀ ਉਹਨਾਂ ਨੇ ਵੀ 35 37000 ਅਯੋਗ ਰਾਸ਼ਨ ਕਾਰਡ ਵਾਲੇ ਕੱਢ ਲਏ ਸੀ ਪਰ ਜਦੋਂ ਕਿਸੇ ਤੇ ਕਾਰਵਾਈ ਨਹੀਂ ਹੁੰਦੀ ਉੱਥੇ ਠੱਪ ਹੋ ਜਾਂਦਾ ਹੈ ਤਾਂ ਸਾਰੇ ਚੁੱਪ ਕਰ ਜਾਂਦਾ ਜੇ ਇਸ ਵਾਰ ਕਾਰਵਾਈ ਹੋ ਜਾਵੇ ਤਾਂ ਨਾ ਕੋਈ ਰਾਸੀ ਆਗੂ ਅੱਗੇ ਨੂੰ ਜਾਲੀ ਬਨਵਾਏਗਾ ਤੇ ਨਾ ਕੋਈ ਅਧਿਕਾਰੀ ਇਹਨਾਂ ਨੂੰ ਪਾਸ ਕਰਨ ਦੀ ਯਰਤ ਕਰੇਗਾ ਜੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰਿੰਸੀਪਲਾਂ ਨੂੰ ਵਿਦੇਸ਼ ਦੇ ਵਿੱਚ ਭੇਜਿਆ ਗਿਆ ਜੀ ਕੀ ਲੱਗਦਾ ਟ੍ਰੇਨਿੰਗ ਲੈ ਕੇ ਆਉਣਗੇ ਉੱਥੋਂ ਜੀ ਲਓ ਪ੍ਰਿੰਸੀਪਲਾਂ ਨੂੰ ਉੱਥੇ ਤੋਰਤਾ ਜੀ ਹੂੰ ਕਦੇ ਇਹ ਦੇਖਿਆ ਕਿ ਸਾਡੇ ਇੱਥੇ ਆਪਣੇ ਬਹੁ ਗਿਣਤੀ ਪ੍ਰਿੰਸੀਪਲ ਸਾਹਿਬ ਅਜਿਹੇ ਨੇ ਜਿਨ੍ਹਾਂ ਨੇ ਵੱਡੀ ਪੱਧਰ ਤੇ ਉੱਤੇ ਕੰਮ ਕੀਤਾ ਹੈ ਪਹਿਲਾਂ ਉਹਨਾਂ ਨੂੰ ਦੇਖ ਲੈਂਦੇ ਅੱਜ 36 ਅਸਲ ਦੇ ਵਿੱਚ ਕੱਲ ਕੀ ਹੈ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਜੀ ਮਦੀਪ ਜਦੋਂ ਕੋਈ ਸਰਕਾਰ ਨਵੀਂ ਆਉਂਦੀ ਹੈ ਉਹ ਆਪਣੀਆਂ ਨਵੀਆਂ ਨੀਤੀਆਂ ਲੈ ਆਉਂਦੀ ਹੈ ਪੁਰਾਣੀਆਂ ਦਾ ਭੱਠਾ ਵਹਾ ਦਿੰਦੀ ਹੈ ਉਹਨਾਂ ਨੂੰ ਤੋਂ ਬੁਰਕੇ ਚ ਬੰਦ ਕਰਕੇ ਬਿਠਾ ਦਿੱਤਾ ਜਾਂਦਾ ਜਿਵੇਂ ਪਾ ਪਰਦੇ ਦੇ ਪਿੱਛੇ ਕਰ ਦਿੱਤਾ ਜਾਂਦਾ ਹੈ ਜਦੋਂ ਵੀ ਕੋਈ ਸਕਾ ਨਾਵੀ ਹੈ ਕੋਈ ਸਕੂਲਾਂ ਨੂੰ ਹਸਪਤਾਲਾਂ ਨੂੰ ਹੋਰ ਮਾਮਲਿਆਂ ਨੂੰ ਲੈ ਕੇ ਜਿਹੜਾ ਇਹ ਸਾਰਾ ਕੁਝ ਹੁੰਦਾ ਹੈ ਇਹ ਮਦਦ ਭਾਗ ਹੈ ਬੇਤਰਿਆ ਸਾਡਾ ਜਿਹੜਾ ਆਪਣਾ ਸਿਸਟਮ ਹੈ ਅਸੀਂ ਉਹ ਸਿਸਟਮ ਦੇ ਵਿੱਚ ਸੁਧਾਰ ਕਰੀਏ ਐਡੀ ਦੂਰ ਜਾਣ ਦੀ ਲੋੜ ਨਹੀਂ ਬਹੁਤ ਸਾਰੇ ਮੌਜੂਦਾ ਤੇ ਸੇਵਾ ਮੁਕਤ ਪ੍ਰਿੰਸੀਪਲ ਤੇ ਹਡਮਾਸਟਰ ਜੀ ਉਹ ਲੋਕ ਬੈਠੇ ਨੇ ਜਿਹੜੇ ਲੋਕ ਬਹੁਤ ਤਜਰਬੇ ਦੇ ਉਹਨਾਂ ਦੇ ਕੋਲ ਨੇ ਚਾਹੀਦਾ ਹੈ ਕਿ ਉਹਨਾਂ ਦਾ ਤਜਰਬਾ ਇੱਥੇ ਅਜਮਾਇਆ ਜਾਵੇ ਔਰ ਵਿਦੇਸ਼ 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 ਪਹਿਲਾਂ ਇੱਥੇ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਲਾਇਆ ਗਿਆ ਸੀ ਪੰਜਾਬ ਨੂੰ ਪੰਜਾਬ ਦਾ ਮਾਡਲ ਰਹਿੰਦਿਓ ਪੰਜਾਬ ਦਾ ਆਪਣਾ ਮਾਡਲ ਜੇ ਅੱਜ ਤੋਂ ਤਿੰਨ ਧਾਕੇ ਪਿੱਛੇ ਨੂੰ ਜਾਈਏ ਭਾਵੇਂ ਸਿੱਖਿਆ ਸਿਹਤ ਹਰ ਖੇਤਰ ਦੇ ਵਿੱਚ ਪੰਜਾਬ ਦਾ ਮਾਡਲ ਨੰਬਰ 1 ਸੀ ਲੇਕਿਨ ਇਹਨਾਂ ਸਿਆਸਤਦਾਨਾਂ ਨੇ ਰਲ ਕੇ ਪੰਜਾਬ ਦਾ ਜੋ ਵਿਡਾਗਰਕ ਕੀਤਾ ਉਹ ਦਾ ਇਹਦੇ ਕਿਸੇ ਚੀਜ਼ ਨਾਲ ਕੁਝ ਨਹੀਂ ਹੋਣਾ ਚੰਗੀ ਚੀਜ਼ ਕਿਤੋਂ ਵੀ ਮਿਲਦੀ ਹੈ ਉਹ ਤਾਂ ਜੇ ਇੱਥੇ ਅਨਾਉਂਸਮੈਂਟ ਕਰ ਦਿੰਦੇ ਕਿ ਸਾਨੂੰ ਐਸ ਲੈਵਲ ਦੇ ਪ੍ਰਿੰਸੀਪਲ ਚਾਹੀਦੇ ਆ ਉਹ ਇੱਥੇ ਵੀ ਬੈਠੇ ਨੇ ਟਿਕੜਮ ਬਾਜਾਂ ਵਾਲੇ ਅੱਗੇ ਆ ਤੇ ਜਿਹੜੇ ਡਿਜ਼ਰਵ ਕਰਦੇ ਲੋਕ ਹੈ ਉਹ ਖੱਲਾ ਕੂਜਾ ਦੇ ਵਿੱਚ ਬੜੇ ਬੈਠੇ ਜੀ ਪ੍ਰਸਾਦ ਬੀਬੀ ਜਗੀਰਕੌਰ ਕਹਿੰਦੇ ਕਹਿੰਦੇ ਸੁਖਪੀਰ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਚੁੱਪੀ ਰਹਿਣ ਤਾਂ ਹੀ ਠੀਕ ਹੈ ਕਹਿੰਦੇ ਜੀ ਬੀਬੀ ਜਗੀਰਕੌਰ ਹੋਰਾਂ ਨੇ ਕੁਝ 2-3 ਮਸਲੇ ਉਠਾਏ ਜਿਹੜੇ ਮਸਲੇ ਬਹੁਤ ਸੰਵੇਦਨਸ਼ੀਲ ਨੇ ਜੀ ਪਹਿਲਾ ਮਸਲਾ ਉਹਨਾਂ ਨੇ ਠਾਇਆ ਵੀ ਤੁਸੀਂ ਦੁੰਨੇ ਮੀਆਂ ਬੀਬੀ 12ਵਰੀ ਕੇਂਦਰ ਚ ਵਜીર ਰਹੇ ਹੋ ਮੰਤਰੀ ਮੰਡਲ ਦੇ ਵਿੱਚ ਵਹਿੰਦੇ ਸੀ ਉਦੋਂ ਤੁਹਾਨੂੰ ਬੰਦੀ ਸਿੰਘ ਕਿਉਂ ਨਾ ਜਿਆਦਾ ਹੂੰ ਇਥੇ ਬਾਪੂ ਸੂਰਤ ਸਿੰਘ ਹੋਰਾਂ ਨੇ ਬੜੇ ਲੰਬੇ ਸਮੇਂ ਤੋਂ ਸੰਘਰਸ਼ ਸ਼ੁਰੂ ਕੀਤਾ ਵਾ ਬੰਦੀ ਸਿੰਘਾਂ ਦਾ ਉਦੋਂ ਤੁਸੀਂ ਪੰਜਾਬ ਦੀ ਸਰਕਾਰ ਵਿੱਚ ਭਾਈਵਾਲ ਸੀ ਤੇ ਸਖਵੀਰ ਸਿੰਘ ਜੀ ਤੁਹਾਡੀ ਧਰਮ ਪਤਨੀ ਕੇਂਦਰ ਸਰਕਾਰ ਦੀ ਭਾਈਵਾਲ ਸੀ ਜੀ ਉਦੋਂ ਕੋਈ ਚੁੱਪ ਰਹੇ ਇੱਕ ਹੋਰ ਤਿੰਨ ਨੌਜਵਾਨਾਂ ਦਾ ਮਾਮਲਾ ਠਾਉਂਦੇ ਐ ਜਿਨ੍ਹਾਂ ਦੇ ਉੱਤੇ ਸਿੱਖ ਇਤਿਹਾਸ ਕਹਿੰਦੇ ਜੀ ਇਤਿਹਾਸ ਪੜਨਾ ਮਣੇ ਉਹ ਮਾਮਲੇ ਨੂੰ ਲੈ ਕੇ ਸਵਾਲ ਉੱਠੇ ਨੇ ਔਰ ਉਹ ਅੱਜ ਉਮਰ ਕੈਦ ਭੁਗਤ ਰਹੇ ਨੇ ਤੇ ਬੀਬੀ ਜਗੀਰ ਕੌਰ ਨੇ ਸਖਬੀਰ ਸਿੰਘ ਨੂੰ ਸਵਾਲ ਕੀਤਾ ਹੈ ਕਿ ਸਖਬੀਰ ਸਿੰਘ ਜੀ ਉਹਨਾਂ ਮੁੰਡਿਆਂ ਬਾਰੇ ਦੱਸਿਓ ਤੁਸੀਂ ਗ੍ਰਹਿ ਮੰਤਰੀ ਸੀ ਥੋੜੀ ਪੁਲਿਸ ਦੇ ਫੜਕੇ ਅੰਦਰ ਕੀਤੇ ਤੇ ਉਸ ਸਿੱਖ ਇਤਿਹਾਸ ਪੜਨ ਦੇ ਮਾਮਲੇ ਵਿੱਚ ਉਹਨਾਂ ਤੇ ਪਰਚਾ ਦਰਜ ਹੋਇਆ ਜਿਹੜਾ ਸਾਰਿਆਂ ਦੇ ਸਾਹਮਣੇ ਆ ਉਹਦਾ ਜਵਾਬ ਤੁਸੀਂ ਦਿਓ ਔਰ ਹਰ ਰੋਜ਼ ਅਕਾਲੀ ਦਲ ਦੇ ਵਿੱਚੋਂ ਬੰਦੇ ਕਿਰਦੇ ਜਾ ਰਹੇ ਨੇ ਸਾਬਕਾ ਕਾਉਂਸਲਰ ਕਬਲਜੀਤ ਭਾਟਿਆ ਤੇ ਉਹਦੀ ਧਰਮ ਪਤਨੀ ਤੇ ਹੋਰ 50 60 ਲੋਕ ਛੱਡ ਗਏ ਪਟਿਆਲੇ ਜ਼ਿਲ੍ਹੇ ਦੇ ਵਿੱਚ ਮਿਸਟਰ ਕੰਗਰੋਲੀ ਨੇ ਉਹਨਾਂ ਨੇ ਵੀ ਅਕਾਲੀ ਦਲ ਛੱਡਤਾ ਇਸ ਤਰ੍ਹਾਂ ਅਕਾਲੀ ਦਲ ਨੂੰ ਛੱਡਰ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਜਾ ਰਹੀ ਹੈ ਤੇ ਉਹ ਕਹਿੰਦੇ ਜਿਹੜੇ ਬੰਦਿਆਂ ਨੇ ਸੌਦਾ ਸਾਧ ਨੂੰ ਮਾਫੀਆਂ ਦਵਾਈਆਂ ਹੋਣ ਗੁਰੂ ਦੀ ਕੋਲਕਾਤਾ 92 ਲੱਖ ਰੁਪਇਆ ਲਟਾਇਆ ਹੋਵੇ ਉਹ ਲੋਕ ਬੰਦੀ ਸਿੰਘਾਂ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਖਾਸ ਕਰ ਸੁਖਵੀਰ ਸਿੰਘ ਬਾਦਲ ਤੁਸੀਂ ਤਾਂ ਵੈਸੇ ਹੀ ਬੰਦੀ ਸਿੰਘਾਂ ਦੇ ਮਾਮਲੇ 'ਚ ਨਾ ਬੋਲੋ ਤਾਂ ਚੰਗੀ ਗੱਲ ਹੈ ਇਹ ਗੱਲ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਕਹਿੰਦੇ ਆ ਤੇ ਉਹਨਾਂ ਨੇ ਜਲੰਧਰ ਦੇ ਵਿੱਚ ਇੱਕ ਮੀਟਿੰਗ ਕੀਤੀ ਆ ਬੀਤੇ ਦਿਨੀ ਵੱਡੀ ਗਿਣਤੀ ਵਿੱਚ ਪੁਰਾਣੇ ਅਕਾਲੀ ਆਗੂ ਅਕਾਲੀ ਦਲ ਨੂੰ ਛੱਡ ਕੇ ਸੁਖਵੀਰ ਵਾਲੇ ਨੂੰ ਉਹ ਬੀਬੀ ਜਗੀਰ ਕੌਰ ਦੇ ਜਿਹੜਾ ਬੇੜਾ ਹੈਗਾ ਉਹਦੇ ਤੇ ਚੜ ਚੁੱਕੇ ਨੇ ਜੀ ਤੇ ਦੂਜੇ ਪਾਸੇ ਕੈਬਨਟ ਦੇ ਵੱਲੋਂ ਮੀਟਿੰਗ ਵੀ ਕੀਤੀ ਗਈ ਹੈ ਜਿੱਥੇ ਪੈਟਰੋਲ ਤੇ ਡੀਜ਼ਲ ਦੇ ਭਾਅ ਵਧਾ ਦਿੱਤੇ ਗਏ ਨੇ ਕਿ ਲੱਗਦਾ ਹੈ ਕਿ ਸਰਕਾਰ ਦੇ ਹੁਣ ਜੋ ਨਿਸ਼ਾਨੇ ਨੇ ਜੀ ਉਹਨਾਂ ਵਿਰੋਧੀਆਂ ਦੇ ਉੱਤੇ ਸਰਕਾਰ ਉਤਰੀ ਹੋਈ ਹੈ ਜੀ ਸਰਕਾਰ ਜਦੋਂ ਦੀ ਬਣੀ ਹੈ ਸਰਕਾਰ ਸਵਾਲਾਂ ਦੇ ਘੇਰੇ ਚ ਹੈ ਜਵਾਬ ਤਾਂ ਕੋਈ ਕਦੇ ਦਿੰਦੀ ਨਹੀਂ ਐਸ ਤੋਂ ਪਹਿਲਾਂ ਹਰਿਆਣਾ ਰਾ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਡੀਜ਼ਲ ਤੇ ਪੈਟਰੋਲ ਪੰਜਾਬ ਨਾਲੋਂ ਸਸਤਾ ਦਿੱਤਾ ਜਾ ਰਿਹਾ ਹੈ। ਪਹਿਲਾਂ ਮੁਕਤ ਖਰੀਦ ਕਰ ਲਈ ਹੁਣ ਦਿੱਤੀ ਨਹੀਂ ਜਾ ਰਹੀ। ਜਿਹਦੇ ਕਰਕੇ ਇਹਨਾਂ ਨੂੰ ਪੈਸੇ ਦੇਣੇ ਪੈਣੇ ਆ। ਜਿਹਦੇ ਕਰਕੇ ਇਹਨਾਂ ਨੂੰ ਜਿਹੜੇ ਪੈਸੇ ਐ ਉਹ ਦੇਣੇ ਪੈਣੇ ਆ। ਪੈਸਾ ਇਕੱਠਾ ਕਰਨ ਵਾਸਤੇ ਹੋਰ ਕੋਈ ਹੈ ਨਹੀਂ ਇਹਨਾਂ ਨੇ ਡੀਜ਼ਲ ਪੈਟਰੋਲ ਤੇ ਸਸਲਾਤਾ ਹਲੇ ਨੋਟੀਫਿਕੇਸ਼ਨ ਤਾਂ ਨਹੀਂ ਹੋਇਆ ਜੀ ਲੇਕਿਨ ਕੈਬਨਟ ਦੇ ਵਿੱਚ ਪਾਸ ਕਰ ਦਿੱਤਾ ਹੈਗਾ ਔਰ ਤਕਰੀਬਨ ਟਰਾਂਸਪੋਰਟ ਦੇ ਉੱਤੇ 2 ਕਰੋੜ 70 ਲੱਖ ਦਾ ਰੋਜ਼ ਦਾ ਭਾਰ ਵੱਜੂਗਾ ਜੀ 2 ਕਰੋੜ 70 ਲੱਖ ਹੂੰ 27 381 ਜੀ ਲਗਭਗ 80 ਕਰੋੜ ਰੁਪਇਆ ਮਹੀਨੇ ਦਾ ਇਹ ਨਾਲੇ ਪੰਜਾਬ ਦੇ ਲੋਕਾਂ ਤੇ ਬੋਝ ਪਾਤਾ 12896000 ਕਰੋੜ ਰੁਪਇਆ ਬਣ ਗਿਆ ਸਾਲ ਦਾ ਜੀ ਤੇ ਰਹਿਤ ਪਤਾ ਨਹੀਂ ਕਿਸੇ ਨੂੰ ਦਿੱਤੀ ਆ ਕਿ ਨਹੀਂ ਦਿੱਤੀ ਸੋ ਸਰਕਾਰ ਜਿਹੜੇ ਪਾਸੇ ਨੂੰ ਤੁਰੀ ਐ ਇੰਜ ਲੱਗਦਾ ਕਿ ਸਰਕਾਰ ਅਣਜਾਣਪਨੇ ਦੇ ਵਿੱਚ ਹੀ ਸਾਰਾ ਕੁਝ ਕਰਦੀ ਨਜ਼ਰ ਆ ਰਹੀ ਹੈ ਜੀ ਸਰਦ ਸਾਹਿਬ ਜੀਰਾ ਸ਼ਰਾਫ ਫੈਕਟਰੀ ਸਰਕਾਰ ਨੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਤਰਨਾ ਹਾਲ ਤੱਕ ਸਮਾਪਤ ਨਹੀਂ ਹੋਇਆ ਜੀ ਕਿਉਂਕਿ ਕੈਬਨਿਟ ਦੇ ਵਿੱਚ ਕੁਝ ਪਾਸੇ ਨਹੀਂ ਕੀਤਾ ਹੂੰ ਉਹ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਹੋਏਗਾ ਤਾਈਂ ਹੈ ਬਿਲਕੁਲ ਜੀ ਨੋਟੀਫਿਕੇਸ਼ਨ ਕੋਈ ਨਹੀਂ ਹੋਇਆ ਮੌਈ ਤਾਂ ਕਹਿ ਰਿਆਂ ਕਿ ਸਰਕਾਰ ਪਤਾ ਨਹੀਂ ਚੱਲ ਕੇ ਸਹਾਰੇ ਰਹੀ ਹੈਗੀ ਜੀ ਜਿਹੜਾ ਕੁਝ ਕਰਦੀ ਹੈ ਉਹੀ ਇਹਨਾਂ ਨੂੰ ਪੁੱਠਾ ਪੈ ਜਾਂਦਾ ਹੈ ਹੂੰ ਤੇ ਬਿੱਤਰ ਹੈ ਜੇ ਪਹਿਲਾਂ ਸੋਚ ਸਮਝ ਕੇ ਕੁਝ ਚੰਗੇ ਬਾਹਰ ਵਿਅਕਤੀਆਂ ਨੂੰ ਨਾਲ ਲਾ ਲਿਆ ਜਾਵੇ ਉਹਨਾਂ ਦੀ ਰਾਇ ਲਈ ਜਾਵੇ ਤੇ ਇਹਨਾਂ ਨੂੰ ਜਿਹੜਾ ਵੀ ਕਦਮ ਉਠਾਉਂਦੇ ਹੈ ਉਹ ਵਾਪਸ ਲੈਣ ਦੀ ਜ਼ਰੂਰਤ ਨਾ ਪਵੇ ਜੀ ਦੂਜੇ ਪਾਸੇ ਬਿਜਲੀ ਬੋਰਡ ਕਿ ਲੱਗਦਾ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 300 ਯੂਨਿਟ ਮਾਫੀ ਦਾ ਐਲਾਨ ਕੀਤਾ ਸੀ ਉਹ ਵਾਪਸ ਲੈ ਸਕਦੀ ਹੈ ਜੀ ਕੁਝ ਵੀ ਹੋ ਸਕਦਾ ਹੈ ਜੀ ਹਮ ਬਿਜਲੀ ਬੋਰਡ ਦੀ ਆਪਣੀ ਸਥਿਤੀ ਬਹੁਤ ਮਾੜੀ ਹੈ ਜੀ ਇਸ ਵੇਲੇ ਬਿਜਲੀ ਬੋਰਡ ਹਮ 19000 ਕਰੋੜ ਦੇ ਲਗਭਗ ਭਾਰਤ ਥਲੇ ਆ ਗਿਆ ਉਹਨਾਂ ਨੇ ਕੋਲਾ ਖਰੀਦਣ ਵਾਸਤੇ ਜੀ 500 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਤਜਵੀਜ਼ ਉਲਕੀ ਹੈ ਹਮ ਉਹਨਾਂ ਨੂੰ ਮਿਲਦਾ ਹੈ ਨਹੀਂ ਮਿਲਦਾ ਇਹ ਤਾਂ ਵੱਖਰੀ ਗੱਲ ਹੈ ਪਰ ਜੇ ਬਿਜਲੀ ਚਲਾਉਣ ਵਾਸਤੇ ਕਰਜ਼ਾ ਲੈਣਾ ਪੈ ਜੇਵੇ ਇਹ ਕਿਹਦੇ ਕਿਹਾ ਸੀ ਇਹਨਾਂ ਨੂੰ 300 ਜੂਨਟ ਮਾਫ ਕਰ ਦਿਓ ਰਹਿੰਦੀ ਹੁੰਦੀ ਬਿਜਲੀ ਚੋਰੀ ਹੁੰਦੀ ਹੈ ਜੇ ਬਿਜਲੀ ਨਿਗਮ ਦੀਆਂ ਟੀਮਾਂ ਕਿਤੇ ਜਾਂਦੀਆਂ ਨੇ ਹੂੰ ਉੱਥੇ ਕਿਸਾਨ ਤੇ ਪਿੰਡ ਵਾਲੇ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ ਤੁਸੀਂ ਦੇਖ ਲਿਆ ਜੀ ਜੀ ਇਹ ਸਮਾਂ ਆਏਗਾ ਤੁਹਾਡੇ ਪ੍ਰੀ-ਪੇਡ ਮੀਟਰ ਲੱਗ ਜਾਨੇ ਨੇ ਜੀ ਜੇ ਪ੍ਰੀ-ਪੇਡ ਮੀਟਰ ਦੇ ਵਿੱਚ ਪੈਸੇ ਪਾਉਂਗੇ ਬਿਜਲੀ ਆਊਗੀ ਹੂੰ ਨਹੀਂ ਉਹ ਬੰਦ ਹੋ ਜਾਣਗੇ ਇਤੋਂ ਤੱਕ ਵੀ ਹੋ ਸਕਦਾ ਕਿ ਗਵੰਡੀਆਂ ਦੇ ਘਰੇ ਬਿਜਲੀ ਚੱਲਦੀ ਆ ਤੁਹਾਡੇ ਪੈਸੇ ਨਹੀਂ ਭਰੇ ਹੂੰ ਤੇ ਤੁਹਾਡੀ ਬੰਦ ਪਈ ਹੈ ਇਹ ਸਦਤੀਆਂ ਬਹੁਤ ਜਲਦ ਆਉਣ ਵਾਲੀਆਂ ਨੇ ਇਹ ਉਦੋਂ ਹੀ ਆਉਂਦੀਆਂ ਨੇ ਜਦੋਂ ਤੁਸੀਂ ਬਿਨਾਂ ਸੋਚੇ ਸਮਝੇ ਕੋਈ ਕਦਮ اٹھਾਉਨੇ ਹੋ ਜੇ ਇੱਕ ਚੀਜ਼ ਤੇ ਕਰੋੜਾ ਰੁਪਏ ਦਾ ਖਰਚ ਹੁੰਦਾ ਹੈ ਉਹ ਚੀਜ਼ ਨੂੰ ਮੁਕਤ ਦੇ ਵਿੱਚ ਫਿਰ ਕਿੰਨਾ ਖਰਚ ਦਿੱਤਾ ਜਾ ਸਕਦਾ ਜੀ ਜੀ ਤੋਂ ਸਾਹ ਦੂਜੇ ਪਾਸੇ ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦਾ ਵੀ ਕਹਿਰ ਜਾਰੀ ਹੈ ਜੀ ਬਹੁਤ ਵੱਡਾ ਕਹਿਰ ਹੈ ਜੀ ਪੂਰੇ ਭਾਰਤ ਦੇ ਵਿੱਚ ਜਿਹੜਾ ਸਭ ਤੋਂ ਵੱਧ ਅਵਾਰਾ ਕੁੱਤਿਆਂ ਦੇ ਨਾਲ ਲੋਕਾਂ ਨੂੰ ਕਟਿਆ ਜਾ ਰਿਹਾ ਉਹ ਪੰਜਾਬ ਦੇ ਵਿੱਚ ਹੈ ਕਦੇ ਕੁੱਤੇ ਦੇ ਵੱਡੇ ਪੰਜਾਬ 'ਚ ਵੱਧ ਹੋ ਗਏ ਹੂੰ ਸਭ ਤੋਂ ਵੱਲ ਨੰਬਰ ਹੈ ਜਲੰਧਰ ਦਾ ਫਿਰ ਲੁਧਿਆਣੇ ਦਾ ਜੀ ਬਾਕੀ ਉਸ ਤੋਂ ਬਾਅਦ ਚ ਨੇ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਕੁੱਤਿਆਂ ਦਾ ਵੱਲੋਂ ਵਧਣਾ ਇਹ ਲਗਾਤਾਰ ਵੱਧਦਾ ਜਾ ਰਿਹਾ ਜੋ ਬੜੀ ਖਤਰੇ ਦੀ ਘੰਟੀ ਹੈ ਕਹਿੰਦੇ ਆ ਕਿ ਉਹ ਇਹਨਾਂ ਦੇ ਨਸਬੰਦੀ ਕਰਾਂਗੇ ਬਿਤੇਰ ਇਹ ਹੈ ਕਿ ਜਿਹੜੀਆਂ ਕੁੱਤਿਆਂ ਨੇ ਫੀਮੇਲ ਨੇ ਹੂੰ ਉਹਨਾਂ ਦੀ ਨਸਬੰਦੀ ਕੀਤੀ ਜਾਵੇ ਨਹੀਂ ਤਾਂ 6 ਮਹੀਨਿਆਂ ਬਾਅਦ ਉਹਨੇ ਗਰਾ ਫੇਰ ਲੱਗ ਜਾਂਦਾ ਹੈ ਜੀ ਇੱਕ ਵਾਰੀ ਕੁੱਤੀ ਸੂਗੀ ਅੱਧੀ ਦਰਜਨ ਬੱਚੇ ਪੈਦਾ ਦੇ ਦਿੰਦੀ ਹੈ ਹੂੰ ਤੇ ਇਹਨਾਂ ਦੀ ਗਿਣਤੀ ਜਿਉਂਦੀ ਤਿਉਂ ਵਧੀ ਜਾਂਦੀ ਹੈ ਇਸ ਕਰਕੇ ਚਾਹੀਦਾ ਇਹ ਹੈ ਕਿ ਇਹ ਕੁੱਤਿਆਂ ਨੂੰ ਕਿਸੇ ਵੀ ਰੂਪ ਦੇ ਵਿੱਚ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਆਪਰੇਸ਼ਨ ਕੀਤੇ ਜਾਣ ਇਹ ਸਰਕਾਰ ਨੇ ਦੇਖਣਾ ਹੈ ਅਵਾਰਾ ਡੰਗਰ ਤੇ ਆਵਾਰਾ ਕੁੱਤੇ ਇਹ ਲਗਾਤਾਰ ਜਿਹੜੇ ਵੱਧਦੇ ਜਾ ਰਹੇ ਜੀ ਤੇ ਦਿੱਲੀ ਦੀ ਅਪਕਾਰੀ ਨੀਤੀ ਮੂੜ ਚਰਚਾ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਹੋ ਗਈ ਜੀ ਅਗਲੇ ਸੰਮਨ ਵੀ ਆ ਗਏ ਨੇ ਜੀ ਤੇ ਨਾ ਕੇਜਰੀਵਾਲ ਸਾਹਿਬ ਦਾ ਵੀ ਬੋਲੀ ਜਾਂਦਾ ਉਹਦੇ ਤੇ ਵੀ ਬਹਾਵਾ ਵਿਵਾਦ ਹੋਇਆ ਖੜਾ ਹੈ ਹੂੰ ਇਹ ਹੁਣ ਸਮਾਂ ਦੱਸੇਗਾ ਕਿ ਉਹ ਵਿਵਾਦ ਕਿੱਥੋਂ ਤੱਕ ਜਾਣੇ ਨੇ ਕਿੱਥੋਂ ਤੱਕ ਰਹਿਣੇ ਨੇ ਸੋ ਕੇਜਰੀਵਾਲ ਸਾਹਿਬ ਹੁਣ ਤੱਕ ਬਠੇਰਾ ਉਹਨਾਂ ਨੇ ਕਹਿਤਾ ਕਿ ਮੇਰਾ ਕਿਸੇ ਮਾਮਲੇ ਦੇ ਵਿੱਚ ਕੋਈ ਨਾ ਨਹੀਂ ਕੋਈ ਨਾ ਨਹੀਂ ਕੋਈ ਨਾ ਨਹੀਂ ਤੇ ਪਰ ਦੂਜੇ ਪਾਸੇ ਅੰਕੜੇ ਇਹ ਦੱਸ ਰਹੇ ਨੇ ਕਿ ਉਹਨਾਂ ਜਿਹੜੀ ਚਾਰਟ ਸ਼ੀਟ ਨਵੀਂ ਹੈ ਉਹਦੇ ਵਿੱਚ ਕੇਜਰੀਵਾਲ ਸਾਹਿਬ ਦਾ ਵੀ ਸ਼ਾਇਦ ਨਾਂ ਆ ਗਿਆ ਕੋਈ ਇੱਕ ਟੇਪ ਹੈ ਜੀ ਉਹ ਜਿਹੜੀ ਜਾਰੀ ਹੋਈ ਹੈ ਉਹਦਾ ਵੀ ਰੌਲਾ ਵਾਵਾ ਕੇਜਰੀਵਾਲ ਸਾਹਿਬ ਦੇ ਨਾਮ ਨੂੰ ਪੈਂਦਾ ਨਜ਼ਰ ਆ ਰਿਹਾ ਜੀ ਜੀ ਸਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਚਾਰਟ ਸਾਨੂੰ ਦਰਸ਼ਕਾਂ ਨਾਲ ਸਾਂਝੇ ਕੀਤੇ ਜੀ ਤੇ ਪਿਆਦਰਸ ਕੋ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਤਦ ਤੱਕ ਸਾਨੂੰ ਦਿਓ ਜੀ ਆਤ ਧੰਨਵਾਦ